ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸੋ ਦੋਸਤੋ ਅ ਅੱਜ ਚੋਣਾਂ ਦੇ ਨਤੀਜੇ ਵੇਸ਼ਕਾਉਂ ਚ ਬਹੁਤ ਦਿਨ ਬਾਕੀ ਨੇ ਪਰ ਜਿਹੜੀ ਵੋਟ ਪ੍ਰਤੀਸ਼ਤ ਹੈ ਇਸ ਦੀ ਡਿਟੇਲ ਜਿਹੜੀ ਆਈ ਹੈ ਉਹ ਮੈਂ ਸਾਂਝੀ ਕਰ ਦਿਆਂ ਤੁਹਾਡੇ ਨਾਲ ਕਿਉਂਕਿ ਵੱਖ-ਵੱਖ ਥਾਵਾਂ ਦੇ ਉੱਤੇ ਵੋਟਾਂ ਪਈਆਂ ਨੇ ਵਧੀਆ ਰਿਹਾ ਪਰ ਜਿਹੜੀ ਜ਼ਿਆਦਾ ਵਧੀਆ ਡਿਟੇਲ ਰਹੀ ਹੈ ਉਹ ਵੀ ਸਾਂਝੀ ਕਰਨੀ ਲਾਜ਼ਮੀ ਲੱਗਦੀ ਹੈ ਅਮਰਤਸਰ ਵਿਧਾਨ ਸਭਾ ਹਲਕੇ ਹੈ ਜਿੰਨੇ ਵੀ ਉਹਦੇ ਵਿੱਚ ਆਉਂਦੇ ਉਹਨਾਂ ਦੇ ਵਿੱਚੋਂ ਅਜਨਾਲਾ ਦੇ ਵਿੱਚ 79% ਰਾਜਾ ਸੰਸੀ ਦੇ ਵਿੱਚ 70% ਮਜੀਠਾ ਦੇ ਵਿੱਚ 68% ਜਿਹੜੀ ਬਹੁਤ ਘਟ ਕੇ ਹੀ ਜਾਊਗੀ 83% ਤਾਂ ਜੰਡਿਆਲਾ ਦੇ ਵਿੱਚ 24 74% ਅੰਮ੍ਰਿਤਸਰ ਉਤਰੀ ਦੇ ਵਿੱਚ 63 ਅੰਮ੍ਰਿਤਸਰ ਪੱਛਮੀ ਦੇ ਵਿੱਚ 58 ਅੰਮ੍ਰਿਤਸਰ ਕੇਂਦਰੀ ਦੇ ਵਿੱਚ 66 ਅੰਮ੍ਰਿਤਸਰ ਪੂਰਬੀ ਚੋ 63 ਅੰਮ੍ਰਿਤਸਰ ਦੱਖਣੀ 60 ਅਟਾਰੀ 70 ਤੇ ਬਾਬਾ ਬਕਾਲਾ 70% ਦੀ VOTING ਹੋਈ ਹੈ ਅੰਮ੍ਰਿਤਸਰ ਕੋਲ ਮਲਾ ਕੇ ਆਪਾਂ ਕਹਾਂਗੇ ਘੱਟ VOTING ਵਾਲਾ ਜ਼ਿਲ੍ਹਾ ਰਿਹਾ ਤਰਨਤਾਰਨ ਦੇ ਵਿੱਚੋਂ ਜੇ ਚਾਰੇ ਹਲਕਿਆਂ ਦੀ ਗੱਲ ਕਰੀਏ ਜੀ ਤਾਂ ਤਰਨਤਾਰਨ ਦੇ ਵਿੱਚ 72% ਦੀ ਖੇਮ ਕਰਨ ਦੇ ਵਿੱਚ 62 ਪੱਟੀ 75 ਖੰਡੂਰ ਸਾਹਿਬ ਦੇ ਵਿੱਚ 71% ਦੀ VOTING ਹੋਈ ਹੈ ਗੁਰਦਾਸਪੁਰ ਦੇ ਹਲਕਿਆਂ ਦੀ ਜੇ ਗੱਲ ਕਰੀਏ ਗੁਰਦਾਸਪੁਰ 75 ਦਿਨਾਂ ਨਗਰ 73% ਕਾਦੀਆਂ ਦੇ ਵਿੱਚ 63 65 ਸੋਰੀ ਬਟਾਲਾ ਦੇ ਵਿੱਚ 71 ਸ੍ਰੀ ਹਰ ਗੋਬਿੰਦਪੁਰ ਦੇ ਵਿੱਚ 67 ਫਤੇਗੜ ਚੂੜੀਆਂ ਦੇ ਵਿੱਚ 74% ਤੇ ਬਾਬਾ ਬਕਾਲਾ ਦੇ ਵਿੱਚ 99% VOTING ਹੋਈ ਹੈ। ਪਠਾਨਕੋਟ ਦੇ ਸੁਜਾਨਪੁਰ ਤੋਂ 80% ਵੋਟਾਂ, ਭੋਆ ਤੋਂ 77%, ਪਠਾਨਕੋਟ ਦੇ ਵਿੱਚ 76% ਦੀ। ਕਪੂਰਥਲਾ ਦੇ ਵਿੱਚ 74% ਦੀ ਭਲੱਤ ਦੇ ਵਿੱਚ VOTING ਹੋਈ ਹੈ, ਕਪੂਰਥਲਾ ਦੇ ਵਿੱਚ 75 ਹੋਈ ਹੈ। ਸੁਲਤਾਨਪੁਰ ਲੋਧੀ ਦੇ ਵਿੱਚ 78 ਤੇ ਫਗਵਾੜੇ ਵਾਲੇ ਆ ਜਿਹੜੇ ਜਿਉ 66% ਦੇ ਉੱਤੇ ਆ ਕੇ ਰੁੱਕ ਗਏ। ਜਲੰਧਰ ਦੇ ਫਲੋਰ ਵਿਧਾਨ ਸਭਾ ਹਲਕੇ ਚ 71% ਦੀ ਨਕੋਦਰ ਦੇ ਵਿੱਚ 77 ਸ਼ਾਹਕੋੜ ਦੇ ਵਿੱਚ 70% ਦੀ ਕਰਤਾਰਪੁਰ 74 ਜਲੰਧਰ ਕੈਂਟ ਦੇ ਵਿੱਚ 68 ਜਿਹੜੀ ਇਹ ਵੀ ਘਾਟੀ ਆਪਾਂ ਕਹਾਂਗੇ ਜਲੰਧਰ ਪੱਛਮੀ ਦੇ ਵਿੱਚ 72% ਦੀ ਜਲੰਧਰ ਕੇਂਦਰੀ ਦੇ ਵਿੱਚ 67% ਦੀ ਤੇ ਜਲੰਧਰ ਉਤਰੀ ਦੇ ਵਿੱਚ 72 ਤੇ ਆਦਮਪੁਰ ਦੇ ਵਿੱਚ 77% ਦੀ ਮਕੇਰੀਆਂ ਵਿਧਾਨ ਸਭਾ ਹਲਕਿਆਂ ਦੀ ਗੱਲ ਕਰੀਏ ਸੌਰੀ ਹੁਸ਼ਿਆਰਪੁਰ ਦੇ ਵਿਧਾਨ ਸਭਾ ਹਲਕਿਆਂ ਦੇ ਵਿੱਚੋਂ ਮਕੇਰੀਆਂ ਆਉਂਦਾ ਇੱਕ ਉੱਥੇ 71% ਦੀ ਹੈ ਦਸੂਹਾ ਦੇ ਵਿੱਚ 70 ਉੜਮੜ ਦੇ ਵਿੱਚ 74 ਸ਼ਾਮ 84 ਦੇ ਵਿੱਚ 75 ਪੁਸ਼ਿਆਰਪੁਰ ਦੇ ਵਿੱਚ 49% ਜਿਹੜੀ ਬਹੁਤ ਘੱਟ ਹੈ ਜੱਬੇਵਾਲ ਦੇ ਵਿੱਚ 69% ਤੇ ਸੌਰੀ ਜੱਬੇਵਾਲ ਦੇ ਵਿੱਚ 63% ਹੀ ਪਈ ਹੈ ਜੀ ਗੜ੍ਹ ਸ਼ੰਕਰ ਦੀ 74% ਦੀ VOTING ਹੋਈ ਹੈ ਨਵਾਂ ਸ਼ਹਿਰ ਵਾਲੇ ਥੋੜੇ ਜਿ ਠੀਕ ਰਹੇਗੇ ਜੀ ਬੰਗੇ ਵਾਲਿਆਂ ਨੇ ਪਾਈਆਂ 67 70% ਤੇ ਨਵਾਂ ਸ਼ਹਿਰ ਵਾਲੇ 76% ਦੇ ਉੱਤੇ ਰਹੇਗੇ ਬਲਾਚੌਰ ਦੇ ਵਿੱਚ 72% ਦੀ ਰੋਪੜ ਦੇ ਹਲਕਿਆਂ ਦੀ ਗੱਲ ਕਰੀਏ ਤਾਂ ਆਨੰਦਪੁਰ ਸਾਹਿਬ ਦੇ ਵਿੱਚ 73% ਰੂਪਨਗਰ ਦੇ ਵਿੱਚ 73 ਚੰਕੌਰ ਸਾਹਿਬ ਦੇ ਵਿੱਚ 68% ਦੀ ਵੋਟਿੰਗ ਹੋਈ ਹੈ ਸਹਿਬਜਾਦਾ ਅਜੀਤ ਸਿੰਘ ਨਗਰ ਦੇ ਵਿੱਚ ਖੜ ਆਜੰਦਾ ਇੱਕ ਤੇ ਖੜ ਤੋਂ 73% ਦੀ ਵੋਟਿੰਗ ਦੀ ਰਿਪੋਰਟ ਹੈ ਮੋਹੱਲੀ ਵਾਲੇ ਥੋੜਾ ਜਿਹਾ ਘਟ ਗਏ ਉੱਥੇ 68% ਰਹਿ ਗਏ ਤੇ 69% ਦੀ ਵੋਟ ਢੇਰਾਬਸਦੀ ਦੇ ਵਿੱਚ ਪਈ ਹੈ ਬਸਤੀ ਪਠਾਣਾ ਦੇ ਵਿੱਚ ਆ ਕੇ ਕੰਮ ਵਧਣਾ ਸ਼ੁਰੂ ਹੋ ਗਿਆ ਇੱਥੇ 70% ਦੀ ਵੋਟ ਪਈ ਹੈ ਫਤੇਗੜ ਸਾਹਿਬ ਵਿਧਾਨ ਸਭਾ ਹਲਕੇ ਤੋਂ 74 84% ਤੇ ਅਮਲੋ ਤੋਂ 81% ਲੁਧਿਆਣੇ ਦੀ ਜੇ ਗੱਲ ਕਰੀਏ ਤਾਂ ਲੁਧਿਆਣੇ ਚ ਖੰਨਾ ਵਿਧਾਨ ਸਭਾ ਹਲਕੇ ਚ 68 78% ਵੋਟ ਸਮਰਾਲਾ ਦੇ ਵਿੱਚ 81 ਸਾਨੇਵਾਲ ਦੇ ਵਿੱਚ 74 76 ਲੁਧਿਆਣਾ ਪੂਰਬੀ ਹੈ ਜਿਹੜਾ ਉੱਥੇ ਪਈ ਹੈ ਜੀ 71% ਲੁਧਿਆਣਾ ਦੱਖਣੀ ਦੇ ਵਿੱਚ ਘਟ ਗਈ ਉੱਥੇ 68% ਵੋਟ ਪਈ ਹੈ ਆਤਮਨਗਰ ਵਿਧਾਨ ਸਭਾ ਹਲਕਾ ਜਿੱਥੋਂ ਸਿਮਰਜੀਤ ਬੈਂਸ ਉਮੀਦਵਾਰ ਨੇ 68% ਦੀ ਉੱਥੋਂ ਰਿਪੋਰਟ ਹੈ ਕੇਂਦਰੀ ਲੁਧਿਆਣਾ ਦੇ ਵਿੱਚੋਂ 69% ਦੀ ਲੁਧਿਆਣਾ ਪੱਛਮੀ ਦੇ ਵਿੱਚ ਵੀ 69% ਦੀ 69 ਲੁਧਿਆਣਾ ਉਤਰੀ 68 ਗਿਲ ਵਿਧਾਨ ਸਭਾ ਹਲਕੇ ਤੇ 78 ਫਾਇਲ ਦੇ ਵਿੱਚ 80, ਦਾਖਾ ਦੇ ਵਿੱਚ 82, ਰਾਏਕੋਟ ਦੇ ਵਿੱਚ 76, ਜਗਰਾਉਂ ਦੇ ਵਿੱਚ 76% ਦੀ। ਮੋਗਾ ਦੇ ਵਿੱਚ ਨਿਹਾਲ ਸਿੰਘ ਵਾਲਾ ਵਿਧਾਨ ਸਭਾ ਹਲਕੇ 78% ਦੀ, ਬਾਗਾਪੁਰਾਣਾ ਵਿੱਚ 85, ਮੋਗਾ ਦੇ ਵਿੱਚ 67 ਤੇ ਧਰਮਕੋਟ ਦੇ ਵਿੱਚ 82% ਦੀ। ਮੋਗਾ ਬੜਾ ਪਛੜ ਗਿਆ ਜੀ VOTING ਦੇ ਮਾਮਲੇ 'ਚ। ਜੀਰਾ ਫਿਰੋਜ਼ਪੁਰ ਜ਼ਿਲ੍ਹੇ ਦਾ ਵਿਧਾਨ ਸਭਾ ਹਲਕਾ ਹੈ, ਉੱਥੇ 85% ਦੀ, ਫਿਰੋਜ਼ਪੁਰ ਸਿਟੀ ਦੇ ਵਿੱਚ 71% ਦੀ, ਫਿਰੋਜ਼ਪੁਰ ਦਿਹਾਤੀ ਦੇ ਵਿੱਚ 87, peace, 55, Asia, 80% ਦੀ ਗੁਰੂ ਹਰ ਸਹਾਇ ਦੇ ਵਿੱਚ 74% ਦੀ ਫਾਜ਼ਿਲਕਾ ਦੇ ਵਿੱਚੋਂ ਦਲਾਲਾਬਾਦ ਦੇ ਵਿੱਚ 70% ਦੀ ਫਾਜ਼ਿਲਕਾ ਦੇ ਵਿੱਚ 80 ਅਬੋਹਰ ਦੇ ਵਿੱਚ 76 ਬੱਲੂਆਣਾ ਦੇ ਵਿੱਚ 83% ਮੁਕਤਸਰ ਜ਼ਿਲ੍ਹੇ ਦੇ ਲੰਬੀ ਵਿਧਾਨ ਸਭਾ ਹਲਕੇ ਦੇ ਵਿੱਚ 78% VOTING ਹੋਈ ਹੈ ਗਿਦੜਵਾਹਾ ਦੇ ਵਿੱਚ 87 ਤੇ ਮਲੋਟ ਦੇ ਵਿੱਚ 81% ਦੀ ਜਿਹੜੀ ਵੋਟ ਭੁਗਤੀ ਹੈ ਮੁਕਤਸਰ ਜਿਹੜਾ ਜ਼ਿਲ੍ਹਾ ਵੀ ਹੈ ਡਿਸਟ੍ਰਿਕਟ ਦਾ ਹੈੱਡ ਕੁਆਟਰ ਹੋਣ ਕਰਕੇ ਉੱਥੇ ਜਿਹੜੀ ਵੋਟ ਹੈ 78 ਫੀਸਦੀ ਭੁਗਤੀ ਹੈ ਮੇਰੇ ਖਿਆਲ ਦੇ ਮੁਤਾਬਕ ਸਭ ਤੋਂ ਵਧੀਆ VOTING ਹੈ ਜਿਹੜੀ ਉਹ ਗਿੱਦੜਵਾਹਾ ਦੀ ਮੰਨੀ ਜਾਊਗੀ 87% 79% ਵੋਟ ਹੈ ਜਿਹੜੀ ਉਹ ਫਰੀਦਕੋਟ ਦੇ ਵਿੱਚ ਭੁਗਤੀ ਹੈ ਕੋਟਕਪੂਰਾ ਦੇ ਵਿੱਚ ਵੀ ਇਹੀ ਅੰਕੜਾ ਰਿਹਾ ਹੈ ਤੇ 83% ਵੋਟ ਹੈ ਉਹ ਜਿੱਤੋਂ ਪੈਗੀ ਬਠਿੰਡੇ ਦੇ ਵਿੱਚ ਰੰਪਰਾ ਫੂਲ ਵਿਧਾਨ ਸਭਾ ਹਲਕੇ ਦੇ ਵਿੱਚ 75% ਪੋਚੋ ਮੰਡੀ ਉਥੋਂ 84% ਬਠਿੰਡਾ ਸ਼ਹਿਰੀ ਚੋਂ 73 ਬਠਿੰਡਾ ਦਿਹਾਤੀ ਚੋਂ 72% ਤੇ ਤਲਵੰਡੀ ਸਾਬੋ ਤੋਂ 71% ਤੇ ਮੌੜ ਮੰਡੀ ਵਿਧਾਨ ਸਭਾ ਹਲਕਾ ਹੈ ਉਥੇ 85% ਵੋਟ ਪਈ ਹੈ ਜੀ ਇੱਕ ਗੱਲ ਹੋਰ ਵੀ ਆ ਉਥੇ ਉਹ ਬੰਦਾ ਵੀ ਵੋਟ ਪਾਉਣ ਆਇਆ ਜਿਹੜਾ ਬੀਤੇ ਦਿਨੀ ਬੰਬ ਕਾਟ ਦੇ ਵਿੱਚ ਜ਼ਖਮੀ ਹੋ ਗਿਆ ਸੀ ਇਹਦੇ ਨਾਲ ਇਹ ਵੀ ਮੰਨਣ ਵਾਲੀ ਗੱਲ ਹੈ ਜੀ ਕਿ ਲੋਕ ਮਰਨ ਤੋਂ ਨਹੀਂ ਡਰਦੇ ਵੋਟ ਦੇ ਹੱਕ ਦੀ ਵਰਤੋਂ ਕਰਦੇ ਹੀ ਕਰਦੇ ਆ ਮਾਨਸਾ ਵਾਲਿਆਂ ਨੇ ਵਧੀਆ ਰਿਜ਼ਲਟ ਦਿਖਾਏ ਆ ਜੀ ਚੋਣ ਵੋਟ ਪੋਲ ਕਰਨ ਦੇ ਮਾਮਲੇ ਦੇ ਵਿੱਚ 84% ਮਾਨਸਾ ਵਿਧਾਨ ਸਭਾ ਹਲਕੇ ਦੀ ਅਸਰਦੂਲਗੜ ਦੀ 88% ਹੈ ਬਡਲਾੜਾ ਦੇ ਵਿੱਚ 85% ਇਹ ਇਹ ਇਤਨੇ ਹਲਕੇ ਨੇ ਸੰਗਰੂਰ ਦੇ ਜੇ ਹਲਕਿਆਂ ਦੀ ਗੱਲ ਕਰੀਏ ਤਾਂ ਲਹਿਰਾ ਗਾਗਾ ਜਿਹੜਾ ਉਥੇ 83% ਦਿੜਬਾ ਤੋਂ 84 ਸੁਨਾਮ ਤੋਂ 84 ਮਲੇਰ ਕੋਟਲਾ ਦੇ ਵਿੱਚ 85 ਅਮਰਗੜ 83 ਧੂਰੀ ਤੋਂ ਜਿਹੜੀ ਬੋਟ ਪਰਸੈਂਟ ਰਹੀ ਹੈ ਮਿੱਤਰੋ ਉਹ ਹੈ 82 ਤੇ ਸੰਗਰੂਰ ਦੇ ਵਿੱਚ 80% ਰਹੀ ਹੈ VOTING ਬਰਨਾਲਾ ਦੀ ਗੱਲ ਕਰ ਲਈਏ ਤਾਂ ਭਦੌੜ ਦੇ ਵਿੱਚ 83% ਰਹੀ ਹੈ ਬਰਨਾਲਾ ਦੇ ਵਿੱਚ 76 ਮਹਿਲਕਲਾਂ ਦੇ ਵਿੱਚ 82 ਫੀਸਡ ਵੋਟਿੰਗ ਹੋਈ ਹੈ ਪਟਿਆਲਾ ਦੇ ਵਿੱਚ ਨਾਭਾ ਆ ਜਾਂਦਾ ਤੇ ਨਾਭੇ ਤੋਂ 82 ਫੀਸਡ ਪਟਿਆਲਾ ਦਿਹਾਤੀ ਤੋਂ 72 ਰਾਜਪੁਰਾ ਦੇ ਵਿੱਚ 78 ਫੀਸਡ ਕਨੌਰ ਤੋਂ 81 ਸਨੌਰ ਤੋਂ 78 ਪਟਿਆਲਾ ਸ਼ਹਿਰੀ ਹੈ ਜਿਹੜਾ ਸ਼ਹਿਰ ਵਾਲੇ ਵੋਟਾਂ ਪਾਉਣ ਘੱਟ ਨਿਕਲੇ 67% ਵੋਟ ਉੱਥੇ ਪਈ ਹੈ ਤੇ ਸਮਾਣਾ ਦੇ ਵਿੱਚ 83 ਤੇ ਜਿਹੜਾ ਰਿਹਾ ਚੋਤਰਾਣਾ ਵਿਧਾਨ ਸਭਾ ਹਲਕਾ ਉੱਥੇ 80 ਫੀਸਡ ਵੋਟ ਪਈ ਹੈ ਪਿਛਲੇ ਬਾਰੇ ਵੀ ਜਿਹੜੀਆਂ ਪਿਛਲੇ ਪਲਾਨ ਦੇ ਵਿੱਚ ਵੋਟਾਂ ਪਈਆਂ ਸੀ ਉਹਨਾਂ ਨੂੰ ਅੱਜ ਵਾਲਾ ਅੰਕੜਾ ਲਗਭਗ ਟੱਚ ਕਰ ਗਿਆ। ਉਦੋਂ ਵੀ 78% ਵੋਟ ਪਈ ਸੀ ਤੇ ਐਸ ਵੀ ਆਰ ਵੀ। ਇੱਥੇ ਇੱਕ ਹੋਰ ਜਿਹੜੀ ਗੱਲ ਆ ਉਹ ਮੈਨੂੰ ਚੰਗੀ ਲੱਗਦੀ ਹੈ ਜੇ ਮੈਂ ਤੁਹਾਡੇ ਨਾਲ ਸਾਂਝੀ ਕਰਦੇ ਆ ਉਹ ਇਹ ਹੈ ਕਿ ਅੰਮ੍ਰਿਤਸਰ ਸ਼ਹਿਰ ਦਾ ਜਿਹੜਾ ਵਿਧਾਨ ਸਭਾ ਹਲਕਾ ਹੈ ਨਾ ਅੰਮ੍ਰਿਤਸਰ ਪੂਰਬੀ ਉੱਥੇ ਇੱਕ 100 ਸਾਲ ਦੇ ਪੜਦਾਦੇ ਨੇ ਵੋਟ ਪਾਈ ਹੈ ਤੇ ਨਾਲ ਹੀ ਉਹਦੇ 22 ਸਾਲ ਦੇ ਪੜਪੋਤੇ ਨੇ ਵੋਟ ਪਾਈ ਹੈ। ਕੁੱਲ ਮਿਲਾ ਕੇ ਚਾਰ ਪੀੜ੍hiyan ਉਹਨਾਂ ਦੀਆਂ। ਇੱਕੋ ਫੋਟੋ ਦੇ ਵਿੱਚ ਨਜ਼ਰ ਆ ਰਹੀਆਂ ਅੱਜ ਕੁਝ ਅਖਬਾਰਾਂ ਨੇ ਉਹ ਫੋਟੋਸ਼ਾਪੀ ਹੈ ਜਿਹਦੇ ਵਿੱਚ ਪਸ਼ੋਰਾ ਸਿੰਘ, ਕਿਰਨ ਸਿੰਘ, ਸੁਰਿੰਦਰ ਸਿੰਘ ਆਜ਼ਾਦ ਤੇ ਹਰਮਿੰਦਰ ਸਿੰਘ ਆਜ਼ਾਦ ਤੇ ਨਾਲ ਹੀ ਤਜਿੰਦਰ ਸਿੰਘ ਉਹਨਾਂ ਦੇ ਪਰਿਵਾਰ ਦੇ ਚਾਰ ਮੈਂਬਰ ਆ ਜਿਹੜੇ ਜੀ ਉਹ ਬੈਠੇ ਨੇ ਇਹ ਵੱਡੀ ਗੱਲ ਹੈ ਕਿ ਚਾਰ ਪੀੜ੍ਹੀਆਂ ਜਿਹੜੀਆਂ ਉਹ ਕਿਤੇ ਨਾ ਕਿਤੇ ਬੈਠੀਆਂ ਨਜ਼ਰ ਆ ਰਹੀਆਂ ਇੱਕ ਹੋਰ ਜਿਹੜੀ ਗੱਲ ਹੈ ਉਹ ਵੀ ਮੈਂ ਤੁਹਾਡੇ ਨਾਲ ਦੱਸ ਦਿਆਂ ਕਿ ਫੇਰ ਮੈਨੂੰ ਕਿਉਂਕਿ ਮੈਂ ਵੀ ਭੁੱਲ ਜਾਣਾ ਤੇ ਤੁਸੀਂ ਵੀ ਭੁੱਲ ਜਾਣਾ ਇਹ ਗੱਲ ਹੈ ਜੀ ਅੰਕੜਿਆਂ ਦੀ ਜਿਹੜੀਆਂ ਵੋਟਾਂ ਜਦੋਂ ਜਦੋਂ ਵੀ ਪਈਆਂ ਉਦੋਂਦੋਂ ਕੀ ਕੁਛ ਹੋਇਆ ਕਿਹੜੀ ਸਰਕਾਰ ਜਿੱਤੀ ਕਿਹਦੀ ਆਈ ਕਿਉਂਕਿ ਪਰਸੈਂਟ ਦੇ ਸਹਾਰ ਨਾਲ ਵੀ ਉਹ ਲਾਜ਼ਮੀ ਆ ਫਿਰ ਆਪਾਂ ਨੂੰ ਬਾਅਦ ਵਿੱਚ ਵੀ ਜੋੜਨਾ ਪੈਣਾ ਇਸ ਕਰਕੇ ਆਪਾਂ ਪਹਿਲਾਂ ਹੀ ਤੋਲਬ ਕੇ ਰੱਖਿਆ ਹੋਇਆ ਜੀ ਉਹ ਮੈਂ ਤੁਹਾਡੇ ਨਾਲ ਇੱਕ ਮਿੰਟ ਦੇ ਵਿੱਚ ਉਹ ਵੀ ਸਾਂਝਾ ਕਰਦਾ ਜੀ ਚੱਲ ਵੀ ਖੋਲੋ ਜੋ ਕੰਪਿਊਟਰ ਜੀ 1967 ਦੇ ਵਿੱਚ VOTING ਹੋਈ ਸੀ 71.18% ਉਦੋਂ ਕਾਂਗਰਸ ਜਿੱਤੀ ਸੀ 1969 ਦੇ ਵਿੱਚ ਜਦੋਂ VOTING ਹੋਈ 72.27% ਫਿਰ ਕਾਂਗਰਸ ਜਿੱਤ ਗਈ 1972 ਦੇ ਵਿੱਚ ਫੇਰ VOTING ਹੋਈ 68.64% ਵੋਟਾਂ ਪਈਆਂ ਜੀ ਤੇ ਇੱਥੇ ਜਿੱਤ ਹਾਸਲ ਹੋਈ ਕਾਂਗਰਸ ਨੂੰ 1977 ਦੇ ਵਿੱਚ 65.37% ਵੋਟਾਂ ਪਈਆਂ ਸ਼੍ਰੋਮਣੀ ਅਕਾਲੀ ਦਲ ਜਿੱਤਿਆ 1980 ਦੇ ਵਿੱਚ 64.33% ਵੋਟਾਂ ਨਾਲ ਕਾਂਗਰਸ ਜਿੱਤ ਗਈ 1985 ਦੇ ਵਿੱਚ 67.53% VOTING ਹੋਈ ਅਕਾਲੀ ਦਲ ਜਿੱਤ ਗਿਆ 1992 ਦੇ ਵਿੱਚ ਜਿੱਤ ਹਾਸਲ ਹੋਈ ਕਾਂਗਰਸ ਨੂੰ 23.81% ਵੋਟਾਂ ਨਾਲ ਕਿਉਂਕਿ ਅਕਾਲੀ ਦਲ ਨੇ ਉਦੋਂ ਵਾਈਕਟ ਕੀਤਾ ਹੋਇਆ ਸੀ 1997 ਦੇ ਵਿੱਚ 68.73% ਵੋਟ ਪਈ ਅਕਾਲੀ ਭਾਜਪਾ ਸਰਕਾਰ ਉਦੋਂ ਬਣੀ 2002 ਦੇ ਵਿੱਚ 65.14% ਵੋਟ ਪਈ ਕਾਂਗਰਸ ਦੀ ਸਰਕਾਰ ਬਣੀ 2007 ਦੇ ਵਿੱਚ 75.45% ਵੋਟ ਦੇ ਨਾਲ ਅਕਾਲੀ ਭਾਜਪਾ ਸਰਕਾਰ ਆ ਗਈ ਤੇ 2012 ਦੇ ਵਿੱਚ 78.57% ਵੋਟਾਂ ਪਈਆਂ ਅਕਾਲੀ ਭਾਜਪਾ ਸਰਕਾਰ ਉਹ ਵੀ ਮੌਜੂਦ ਹੈ ਇਸ ਵਾਰ ਵੀ ਅੰਕੜਾ ਤਕਰੀਬਨ ਨੇੜੇ ਆ ਕਿ ਕੋਈ 78% ਨੂੰ ਪਲੱਸ ਕਰ ਗਏ ਆ ਵੋਟਾਂ ਥੋੜੀਆਂ ਜੀਆਂ ਤੇ ਪਿਛਲੇ ਪਲਾਨ ਦੇ ਨਾਲੋਂ ਘੱਟ ਪਈਆਂ ਇੱਥੇ ਦੇਖਿਆ ਜਾਊਗਾ ਕਿ ਕਿਧਰ ਨੂੰ ਜ਼ਿਆਦਾ ਵੋਟਾਂ ਭੁਗਤਣਗੇ ਆ ਸੋ ਇਹ ਸੀ ਇੰਨੀ ਕੁ ਇਨਫੋਰਮੇਸ਼ਨ ਜੀ ਬਾਕੀ ਜਿਹੜੀ ਜ਼ਰੂਰੀ ਇਨਫੋਰਮੇਸ਼ਨ ਇਹ ਹੈ ਕਿ ਸੁਖਨੇਵ ਸਿੱਧੂ YouTube ਦੇ ਉੱਤੇ ਮੇਰਾ ਚੈਨਲ ਹੈ ਖਬਰਾਂ ਤੇ ਹੋਰ ਡਿਟੇਲ ਅਸੀਂ ਉੱਥੇ ਜਾਦਾ ਪਾਉਣੇ ਹੁੰਦੇ ਆ ਉੱਥੇ ਜ਼ਰੂਰ ਤੁਸੀਂ ਉਹਨੂੰ ਸ਼ੇਅਰ ਵੀ ਕਰ ਲੋ ਲਾਈਕ ਵੀ ਕਰ ਲੋ ਤੇ ਦੇਖਦੇ ਵੀ ਰਿਹਾ ਕਰੋ ਸੋ ਧੰਨਵਾਦ ਮਿੱਤਰੋ ਫੇਰ ਮਿਲਾਂਗੇ ਸਤਿ ਸ਼੍ਰੀ ਅਕਾਲ